बैठे ने पंडाल दे विच सज जावो। हुण बहुत ही साडे सत्कारयोग वीर जी सरदार मलकीत सिंह जी सरपंच, जिन्हां नूं आप जी ने बड़ा सोशल मीडिया ते भी सुनिया है, जिहड़े किसानी दे मुद्दे ते इस अंदोलन ते अपनी कलम राई अनेकां ही कलमबद्ध गाने कर चुके ने। ਉਹ ਕੁਝ ਲੈਣਾ ਕਿਸਾਨੀ ਦੀਆਂ ਬੜੀਆਂ ਕਲਮਬੱਧ ਚੜ੍ਹਦੀ ਕਲਾ ਵਾਲੀਆਂ ਕੀਤੀਆਂ ਉਹਨਾਂ ਨੇ। ਕੱਲ੍ਹ ਵੀ ਸਾਮੀ ਹਾਜ਼ਰੀ ਭਰੀ ਸੀ ਅਤੇ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਇਸ ਵੇਲੇ ਥੋੜ੍ਹਾ ਜਿੰਨਾ ਸੰਗਤਾਂ ਦਾ ਮਾਹੌਲ ਠੰਡਾ ਜਿਹਾ ਹੋ ਜਾਂਦਾ ਹੈ ਅਤੇ ਤੁਸੀਂ ਰੋਜ਼ ਆਇਆ ਕਰੋ, ਅਤੇ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ। ਉਹ ਹੁਣ ਸਾਡੇ ਕੋਲ ਆ ਗਏ ਨੇ, ਆਪ ਜੀ ਅੱਗੇ ਬੇਨਤੀ ਹੈ। ਉਹਨਾਂ ਤੋਂ ਬਾਅਦ ਗੁਰੂ ਪਿਆਰਿਓ ਫਿਰ ਸੰਧਿਆ ਵੇਲਾ ਹੋ ਜਾਣਾ, ਫਿਰ ਰਹਿਰਸ ਬਾਣੀ ਦੇ ਜਾਪ ਵੀ ਹੋਣਗੇ। ਇਸ ਵਾਸਤੇ ਮੈਂ ਬੇਨਤੀ ਕਰਦਾ ਉਸ ਵੀਰ ਦੀ ਆਵਾਜ਼ ਗੁਰੂ ਸਾਹਿਬ ਨੇ ਜਿੰਨੀ ਉਹਨਾਂ ਨੂੰ ਕਲਾ ਬਖਸ਼ੀ ਹੈ, ਜਿੰਨੀ ਆਵਾਜ਼ 'ਚ ਕਲਾ ਬਖਸ਼ੀ ਉੰਨੀ ਉਹਨਾਂ ਦੀ ਕਲਮ 'ਚ ਵੀ ਕਲਾ ਬਖਸ਼ੀ ਹੈ, ਵੀ ਖੁਦ ਆਪ ਉਹ ਲਿਖਦੇ ਨੇ ਅਤੇ ਆਪ ਹੀ ਉਹ ਬੋਲਦੇ ਨੇ, ਅਤੇ ਇੰਨੀ ਪਿਆਰੀ ਉਹਨਾਂ ਦੀ ਆਵਾਜ਼ ਹੈ। ਗੁਰੂ ਪਿਆਰਿਓ ਤੁਸੀਂ ਵੀ ਹੁਣ ਸੁਣੋਗੇ ਅਤੇ ਜੀ ਕਰਨਾ ਵੀ ਉਹਨਾਂ ਨੂੰ ਸੁਣਦੇ ਰਹੀਏ। ਇਸ ਵਾਸਤੇ ਅਸੀਂ ਸਾਰੇ ਬੈਠੇ ਹਾਂ, ਧੰਨਵਾਦ ਹੈ ਤੁਹਾਡਾ। ਸਵੇਰ ਤੋਂ ਲੈ ਕੇ ਆਪ ਜੀ ਇਸ ਵੇਲੇ ਤੱਕ ਡਟੇ ਰਹਿੰਦੇ ਜੇ, ਸਿਰ ਝੁਕਦਾ ਹੈ ਤੁਹਾਡੇ ਇਸ ਬਲਿਦਾਨ ਦੇ ਅੱਗੇ, ਇਸ ਭਗਤੀ ਅੱਗੇ, ਇਸ ਸਿਦਕ ਅੱਗੇ, ਵੀ ਜਿਹੜਾ ਤੁਸੀਂ ਇਸ ਅੰਦੋਲਨ ਦਾ ਬਹੁਤ ਵੱਡਾ ਹਿੱਸਾ ਬਣੇ ਜੇ ਅਤੇ ਦਿਨ ਰਾਤ ਸੇਵਾਵਾਂ ਨਿਭਾ ਰਹੇ ਜੇ। ਹੁਣ ਮੈਂ ਬੇਨਤੀ ਕਰਾਂਗਾ ਆਪਣੇ ਵੀਰ ਸਰਦਾਰ ਮਲਕੀਤ ਸਿੰਘ ਸਰਪੰਚ ਸ਼ਾਮਪੁਰ ਅੰਮ੍ਰਿਤਸਰ ਜ਼ਿਲ੍ਹੇ ਤੋਂ, ਉਹ ਵੀ ਹੁਣ ਆਪ ਜੀ ਦੇ ਨਾਲ ਜੋ ਆਪਣੇ ਉਹਨਾਂ ਨੇ ਕਲਮ ਰਾਈ ਜੋ ਇਹ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੇ ਨੇ, ਉਹ ਵੀ ਕੁਝ ਲੈਣਾ ਆਪ ਜੀ ਦੇ ਨਾਲ ਬਿਆਨ ਕਰਨਗੇ। ਆਪ ਜੀ ਨੇ ਪਿਆਰ ਦੇ ਨਾਲ ਉਹਨਾਂ ਦਾ ਸਾਥ ਦੇਣਾ ਅਤੇ ਸਾਰਿਆਂ ਦੇ ਸਰਵਣ ਕਰਨਾ, ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਜ਼ਰੂਰ ਪੰਡਾਲ ਦੇ ਵਿੱਚ ਸੱਜਣ ਦੀ ਕਿਰਪਾਲਤਾ ਕਰੋ ਜੀ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਮਲਕੀਤ ਸਿੰਘ ਹੋਣਾ ਜੀ ਨੂੰ। ਪੰਡਾਲ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਵਾਹਿਗੁਰੂ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਇੱਕ ਇਤਿਹਾਸਕ ਅੰਦੋਲਨ ਆਪਾਂ ਲੜ ਰਹੇ ਹਾਂ, ਉਸਦਾ ਹਿੱਸਾ ਬਣੇ ਹਾਂ ਆਪਾਂ। ਦਸ ਤੋਂ ਪਹਿਲਾਂ ਕੁਝ ਬੁਲਾਰਿਆਂ ਨੇ ਗੱਲ ਕੀਤੀ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਨੇ ਪੁੱਛਣਾ ਹੈ ਕਿ ਜਦੋਂ ਦਿੱਲੀ ਦੇ ਵਿੱਚ ਉਹ ਹੱਕ ਸੱਚ ਦੀ ਲੜਾਈ ਜਿਹੜੀ ਲੜੀ ਜਾ ਰਹੀ ਸੀ, ਉੱਥੇ ਸਾਡੇ ਪਰਿਵਾਰ 'ਚੋਂ ਵੀ ਕੋਈ ਪਹੁੰਚਿਆ ਕਿ ਅਸੀਂ ਸੁੱਤੇ ਰਹੇ ਘਰਾਂ 'ਚ। ਜਦੋਂ ਤਸਵੀਰਾਂ ਵੇਖਣੀਆਂ, ਜਦੋਂ ਲੋਕਾਂ ਦੀਆਂ ਕੰਧਾਂ ਦੇ ਘਰਾਂ ਦੇ ਵਿੱਚ ਆਪਣੇ ਵੱਡੇ ਵਡੇਰਿਆਂ ਦੀਆਂ, ਜਿੱਦਾਂ ਆਪਾਂ ਵੇਖਿਆ ਕਿ ਪੁਰਾਣੇ ਜਿਹੜੇ ਮੋਰਚੇ ਲੱਗਦੇ ਰਹੇ ਨੇ, ਗੁਰੂ ਕੈ ਬਾਗ ਦਾ ਮੋਰਚਾ, ਹੋਰ ਵੀ ਜਿੰਨੇ ਮੋਰਚੇ ਲੱਗੇ ਨੇ, ਉਹਨਾਂ ਦੀਆਂ ਤਸਵੀਰਾਂ ਅੱਜ ਘਰਾਂ ਦਾ ਸ਼ਿੰਗਾਰ ਨੇ ਅਤੇ ਮਾਣ ਕਰਦੇ ਨੇ ਪਰਿਵਾਰ ਕਿ ਸਾਡੇ ਵੱਡੇ ਵਡੇਰੇ ਉਹਨਾਂ ਮੋਰਚਿਆਂ ਦਾ ਹਿੱਸਾ ਬਣੇ ਨੇ, ਹੱਕ ਸੱਚ ਦੀ ਲੜਾਈ ਉਹਨਾਂ ਲੜੀ ਸੀ। ਇਹ ਵੀ ਇੱਕ ਇਤਿਹਾਸ ਬਣ ਰਿਹਾ ਬਹੁਤ ਵੱਡਾ, ਆਉਣ ਵਾਲੀਆਂ ਪੀੜ੍ਹੀਆਂ ਨੇ ਪੜ੍ਹਨਾ ਹੈ, ਲੇਖਕਾਂ ਨੇ ਲਿਖਣਾ ਹੈ। ਸੋ ਕਵਿਤਾ ਹੈ ਉਹਦੇ 'ਚ ਜਵਾਨਾਂ ਦਾ ਹੈ ਨਾਂ ਬੋਲਣਾ, ਉਹਦੇ 'ਚ ਜਵਾਨਾਂ ਦਾ ਹੈ ਨਾਮ ਬੋਲਣਾ। ਹੱਕਾਂ ਦੀ ਲੜਾਈ ਬੰਦੇ ਕਿਹੜੇ ਲੜੇ ਸੀ, ਹੋ ਵੀਰਾਂ ਨਾਲ ਵੀਰ ਉਦੋਂ ਕਿਹੜੇ ਖੜੇ ਸੀ। ਹੱਕਾਂ ਦੀ ਲੜਾਈ ਬੰਦੇ ਕਿਹੜੇ ਲੜੇ ਸੀ, ਵੀਰਾਂ ਨਾਲ ਵੀਰ ਉਦੋਂ ਕਿਹੜੇ ਖੜੇ ਸੀ। ਹੋ ਪੰਨਾ ਇਤਿਹਾਸਾਂ ਦਾ ਹੈ, ਪੰਨਾ ਇਤਿਹਾਸਾਂ ਦਾ ਹੈ, ਜਦੋਂ ਕਿਸੇ ਖੋਲਣਾ ਉਹਦੇ 'ਚ ਜਵਾਨਾਂ ਦਾ ਹੈ ਨਾਮ ਬੋਲਣਾ, ਉਹਦੇ 'ਚ ਜਵਾਨਾਂ ਦਾ ਹੈ ਨਾਮ ਬੋਲਣਾ, ਉਹਦੇ 'ਚ ਜਵਾਨਾਂ ਦਾ ਹੈ ਨਾਮ ਬੋਲਣਾ। ਉਹ ਹੱਕਾਂ ਦੀ ਲੜਾਈ ਬੰਦੇ ਕਿਹੜੇ ਲੜੇ ਸੀ, ਵੀਰਾਂ ਨਾਲ ਵੀਰ ਉਦੋਂ ਕਿਹੜੇ ਖੜੇ ਸੀ। ਹੋ ਪੰਨਾ ਇਤਿਹਾਸਾਂ ਦਾ ਹੈ, ਪੰਨਾ ਇਤਿਹਾਸਾਂ ਦਾ ਹੈ, ਜਦੋਂ ਕਿਸੇ ਖੋਲਣਾ
ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹ ਸੁੱਖ ਰਜਾਈ ਵਾਲੇ ਸੁੱਖ ਗ੍ਰਸਥ ਵਾਲੇ ਕਿੰਨਾ ਛੱਡੇ ਸੀ ਉਹ ਪੁੱਛਣਗੇ ਬੱਚੇ ਝੰਡੇ ਕਿੰਨਾ ਗੱਡੇ ਸੀ ਪੁੱਛਣਗੇ ਬੱਚੇ ਝੰਡੇ ਗੱਡੇ ਸੀ ਉਹ ਤਸਵੀਰਾਂ ਵਿੱਚੋਂ ਆਪਣਾ ਜਾ ਪਾਪਾ ਟੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹ ਕਾਲੀ ਬੋਲੀ ਹਵਾ ਉਹ ਕਾਲੀ ਬੋਲੀ ਹਵਾ ਜਿੱਥੋਂ ਚੜ ਆਈ ਸੀ ਉਹ ਟੱਕਰ ਦਿੱਲੀ ਦੇ ਨਾਲ ਕਿੰਨਾ ਕਿੰਨਾ ਲਾਈ ਸੀ ਟੱਕਰ ਦਿੱਲੀ ਦੇ ਨਾਲ ਕਿੰਨਾ ਕਿੰਨਾ ਲਾਈ ਸੀ ਉਸ ਪੁੱਤਾਂ ਦੇ ਹਾਰ ਫੁੱਲਾਂ ਨਾਲ ਤੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਸਮੁੰਦਰਾਂ ਦੇ ਪਾਰੋਂ ਜਿੰਨਾ ਹਿੱਸੇ ਪਾਏ ਨੇ ਉਹ ਹੀਰੇ ਨਾ ਜਾਣੇ ਕਦੇ ਉਹ ਭੁਲਾਏ ਨੇ ਹੀਰੇ ਨਾ ਜਾਣੇ ਕਦੇ ਉਹ ਭੁਲਾਏ ਨੇ ਉਹ ਬੜਾ ਔਖਾ ਦਿਲਾਂ ਦਾ ਖਜ਼ਾਨਾ ਖੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹ ਮਲਕੀਤ ਸਰਪੰਚਾ ਹਿੱਸਾ ਲਿਖ ਕੇ ਤੂੰ ਪਾਈ ਜਾ ਉਹ ਕਦੇ ਕਦੇ ਹਾਜ਼ਰੀ ਵੀ ਦਿੱਲੀ ਵਿੱਚ ਲਾਈ ਜਾ ਕਦੇ ਕਦੇ ਹਾਜ਼ਰੀ ਵੀ ਵਿੱਚ ਲਾਈਆ ਉਹ ਵੱਡਿਆ ਹੌਸਲਿਆ ਹਾਕਮ ਨੂੰ ਪੈਰਾਂ ਵਿੱਚ ਰੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਉਹਦੇ ਵਿੱਚ ਜਵਾਨਾਂ ਦਾ ਹੈ ਨਾ ਬੋਲਣਾ ਹੋਰ ਅਕਾਲ ਇੱਕ ਸਵਾਲ ਛੋਟੇ ਵੀਰ ਬਲਜਿੰਦਰ ਸਿੰਘ ਜੀ ਇਹਨਾਂ ਨਾਲ ਚੱਲਦੀ ਰਹਿੰਦੀ ਗੱਲਬਾਤ ਕਈ ਵੇਲੇ ਇਹਨਾਂ ਦੀਆਂ ਗੱਲਾਂ ਸੁਣ ਕੇ ਵੀ ਕੁਝ ਗੱਲਾਂ ਮੈਂ ਲਿਖੀਆਂ ਸੋ ਇੱਕ ਗੱਲ ਬੜੀ ਹਾਕਮ ਵੀ ਕਰਦੇ ਨੇ ਅਤੇ ਜਿਹੜੇ ਇਸ ਅੰਦੋਲਨ ਤੋਂ ਖਾਰ ਖਾਂਦੇ ਨਾ ਜਿਨ੍ਹਾਂ ਦੇ ਅੰਦਰ ਧਰਮ ਨਹੀਂ ਆ ਉਹ ਬੰਦੇ ਵੀ ਇਹ ਗੱਲਾਂ ਕਰਦੇ ਨੇ ਵੀ ਇਹ ਲੰਗਰ ਕਿੱਦਾਂ ਚੱਲ ਰਹੇ ਆ ਵੀ ਇਹ ਲੰਗਰ ਇੱਥੋਂ ਸ਼ੁਰੂ ਹੋਏ ਆ ਉਹ ਕਿੱਥੋਂ ਤੱਕ ਕਈ ਕਿਲੋਮੀਟਰਾਂ ਦਾ ਘੇਰਾ ਇਹ ਲੰਗਰ ਚੱਲ ਰਿਹਾ ਗੁਰੂ ਪਾਤਸ਼ਾਹ ਦੀ ਕਿਰਪਾ ਇਹ ਲੰਗਰ ਉਸ ਪਾਤਸ਼ਾਹ ਦੇ ਆ ਬਰਕਤਾਂ ਕੌਣ ਪਾਉਂਦਾ ਗੁਰੂ ਮਹਾਰਾਜ ਪਾਉਂਦਾ ਸੋ ਭਾਈ ਲਾਲੋਆਂ ਦੇ ਲੰਗਰ ਆ ਇਹ ਭਾਈ ਲਾਲੋਆਂ ਦੇ ਲੰਗਰ ਆ ਇੱਕ ਇੱਕ ਰੁਪਈਆ ਵੀ ਲੱਖ ਲੱਖ ਰੁਪਈਏ ਦੀ ਕੀਮਤ ਰੱਖਦਾ ਇੰਨੀ ਬਰਕਤ ਹੈ ਇਹਨਾਂ ਦੇ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚ ਸੋ ਉਹਨਾਂ ਨੂੰ ਜਵਾਬ ਆ ਇਹ ਅੱਜ ਹੀ ਕੁਝ ਸ਼ਬਦ ਲਿਖੇ ਨੇ ਸੋ ਆਪ ਜੀ ਨਾਲ ਸਾਂਝੇ ਕਰਦੇ ਨੇ ਸਾਰੀ ਸੰਗਤ ਆਇਓ ਪਿੱਛੇ ਲੰਗਰ ਚੱਲਣ ਲਾਲੋਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਚੱਲਣ ਲਾਲੋਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਪੱਕਣ ਲਾਲੋਆਂ ਦੇ ਬਾਬੂ ਜਾਂਦਾ ਬਰਕਤ ਪਾਈ ਰੇਜਣ ਨਾਲ ਚਾਵਾਂ ਦੇ ਚੜੀਆਂ ਚੁੱਲਿਆਂ ਉੱਤੇ ਦੇਗਾਂ ਹੋ ਧਰਤੀ ਦਿਲ ਦੀ ਸਿੰਜੀਏ ਵਰਦੇ ਮੇਹਰ ਦੇ ਮੇਗਾਂ ਨਾਰੇ ਫੇਰਨ ਕੜਛਿਆਂ ਨੂੰ ਨਾਰੇ ਜਾਂਦੇ ਰੱਬ ਧਿਆਈ ਲੰਗਰ ਚੱਲਣ ਲਾਲਵਾਂ ਦੇ ਬਾਬਾ ਜਾਂਦਾ ਬਰਕਤ ਪਾਈ
ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਚੱਲਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਉਹ ਕਿਰਤੀ ਤੇ ਕਾਮੇ ਨੇ ਜਿਨ੍ਹਾਂ ਦੀਆਂ ਕਮਾਈਆਂ ਸੱਚੀਆਂ ਮਨ ਨੀਵਾਂ ਧਰਤੀ ਤੋਂ ਮਨ ਨੀਵਾਂ ਧਰਤੀ ਤੋਂ ਸੋਚਾਂ ਕਿਤੇ ਸੋਚ ਤੋਂ ਉੱਚੀਆਂ ਇਹ ਜੁਗ ਨੂੰ ਨੇਰਿਆਂ ਦੇ ਜਾਂਦੇ ਰਾਤਾਂ ਨੂੰ ਰੁਸ਼ਨਾਈ ਲੰਗਰ ਚੱਲਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਚੱਲਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਉਹ ਨਜ਼ਰ ਆਵਣ ਧਰਤੀ ਤੇ ਨਜ਼ਰ ਆਮਣ ਧਰਤੀ ਤੇ ਅੱਜ ਧਰਮ ਦੀਆਂ ਤਸਵੀਰਾਂ ਨਾਲੇ ਜਾਪ ਵਾਹਿਗੁਰੂ ਦਾ ਨਾਲੇ ਰਿਜਦੀਆਂ ਨੇ ਖੀਰਾਂ ਕਾਰੇ ਕਰਮਾਂ ਵਾਲੇ ਨੇ ਕਾਰੇ ਕਰਮਾਂ ਵਾਲੇ ਨੇ ਜਿੱਥੋਂ ਜਿੱਥੋਂ ਰਸਦ ਆਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਉਹ ਲੰਗਰ ਚੱਲਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਉਹ ਸਾਨੂੰ ਹਾਕਮ ਪੁੱਛਦੇ ਨੇ ਸਾਨੂੰ ਹਾਕਮ ਕਹਿੰਦੇ ਨੇ ਪੈਸੇ ਕਿਹੜੇ ਪਾਸਿਓਂ ਆਉਂਦੇ ਇਹ ਕਿਰਤਾਂ ਸਾਡੀਆਂ ਨੇ ਬਾਬੇ ਬਰਕਤ ਸਾਡੇ ਪਾਉਂਦੇ ਇਹ ਕਿਰਤਾਂ ਸਾਡੀਆਂ ਨੇ ਬਾਬੇ ਬਰਕਤ ਪਾਉਂਦੇ ਹੋਏ ਕਿਰਤਾਂ ਸਾਡੀਆਂ ਨੇ ਬਾਬੇ ਬਰਕਤ ਸਾਡੇ ਪਾਉਂਦੇ ਜਾਤਾਂ ਦੇ ਪਾਤਾਂ ਦੀ ਜਾਤਾਂ ਦੇ ਪਾਤਾਂ ਦੀ ਜੜ ਜੜ ਦੇ ਕੋਲੋਂ ਹਲਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਚੱਲਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਉਹ ਤਨ ਤਨ ਸੇਵਕ ਨੇ ਤਨ ਤਨ ਉਹ ਸੇਵਕ ਨੇ ਹਿੱਸਾ ਜੋ ਲੰਗਰਾਂ ਵਿੱਚ ਪਾਉਂਦੇ ਦਿੱਲੀ ਦਿਆਂ ਬਾਰਡਰਾਂ ਤੇ ਹੱਥ ਵੀਰਾਂ ਨਾਲ ਵੰਡਾਉਂਦੇ ਦਿੱਲੀ ਦਿਆਂ ਬਾਰਡਰਾਂ ਤੇ ਹੱਥ ਨਾਲ ਵਟਾਉਂਦੇ ਤਨ ਮਾਤਾ ਖੀਵੀ ਦੀ ਤਨ ਮਾਤਾ ਖੀਵੀ ਦੀ ਬੈਠੀ ਲੋਹੇ ਉੱਤੇ ਮਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਉਹ ਬਸ ਬਾਣੀ ਬਾਬੇ ਦੀ ਸਾਡਾ ਇੱਕੋ ਇੱਕ ਹੈ ਟਾਰਸ ਅੱਜ ਹਾਕਮ ਭਾਰਤ ਦੇ ਬਣ ਗਏ ਬਾਬਰ ਦੇ ਵਾਰਸ ਅੱਜ ਹਾਕਮ ਭਾਰਤ ਦੇ ਬਣ ਗਏ ਬਾਬਰ ਦੇ ਵਾਰਸ ਉਹ ਮੜਕ ਪਾਗੋ ਹਾਕਮ ਜੋ ਜਾਂਦੇ ਟਾ ਧਰਮ ਨੂੰ ਲਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਪੱਕਣ ਲਾਲੂਆਂ ਦੇ ਬਾਬਾ ਜਾਂਦਾ ਬਰਕਤ ਪਾਈ ਉਹ ਲੰਗਰ ਚੱਲਣ ਲਾਲੂਆਂ ਦੇ
ਦੀ ਮਦਾਣੀ ਨੇ ਧਰਮ ਦੀ ਮਦਾਣੀ ਨੇ ਦੇਣਾ ਛਾਣ ਦੁੱਧ ਚੋਂ ਪਾਣੀ ਮਲਕੀ ਦੇ ਸਿੰਘ ਸਰਪੰਚ ਕਹੇ ਜਿੱਤ ਕੇ ਜੰਗ ਆਸਾਨ ਜਾਣੇ ਮਲਕੀ ਦੇ ਸਿੰਘ ਸਰਪੰਚ ਕਹੇ ਜਿੱਤ ਕੇ ਜੰਗ ਆਸਾਨ ਜਾਣੀ ਉਹ ਜੰਗ ਲੜਨ ਲਈ ਹੱਕਾਂ ਦੀ ਜੰਗ ਲੜਨ ਲਈ ਹੱਕਾਂ ਦੀ ਇਹ ਫੌਜ ਰੱਬ ਦੀ ਆਈ ਲੰਗਰ ਚੱਲਣ ਲਾਲਵਾਂ ਦੇ ਬਾਬਾ ਜਾਂਦਾ ਬਰਕਤ ਪਾਈ ਲੰਗਰ ਚੱਲਣ ਲਾਲਵਾਂ ਦੇ ਬਾਬਾ ਜਾਂਦਾ ਬਰਕਤ ਪਾਈ ਉਹ ਲੰਗਰ ਪੱਕਣ ਪਾਗਵਾਂ ਦੇ ਓ ਬਾਬਾ ਜਾਂਦਾ ਬਰਕਤ ਪਾਈ ਲੰਗਰ ਚੱਲਣ ਲਾਲਵਾਂ ਦੇ ਬਾਪੂ ਜਾਂਦਾ ਬਰਕਤ ਪਾਈ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਛੋਟੇ ਸਤਿ ਸ੍ਰੀ ਅਕਾਲ ਛੋਟੇ ਵੀਰ ਸਰਦਾਰ ਬਲਜਿੰਦਰ ਸਿੰਘ ਜੀ ਧੰਨਵਾਦ ਸੰਯੁਕਤ ਕਿਸਾਨ ਮੋਰਚਾ ਸਟੇਜ ਵਾਲੇ ਸਾਰੇ ਪ੍ਰਬੰਧਕ ਜਨਾਂ ਦਾ ਇਹ ਇਹਨਾਂ ਦਾ ਤਾਂ ਧੰਨਵਾਦ ਕੀਤਾ ਨਹੀਂ ਜਾ ਸਕਦਾ ਜਿੱਡੀ ਵੱਡੀ ਲੜਾਈ ਇਹ ਹੱਕ ਸੱਚ ਦੀ ਲੜ ਰਹੇ ਨੇ ਸੂਰਮੇ ਹੋ ਬਹਾਦਰ ਇਹ ਸਾਡੀਆਂ ਭੈਣਾਂ ਮਾਈ ਭਾਗੋ ਦੀਆਂ ਵਾਰਸ ਨੇ ਅਰਦਾਸ ਹੈ ਪਾਤਸ਼ਾਹ ਅੱਗੇ ਕਿ ਪਾਤਸ਼ਾਹ ਇਸ ਹੱਕ ਸੱਚ ਦੀ ਲੜਾਈ ਨੂੰ ਛੇਤੀ ਤੋਂ ਛੇਤੀ ਜਿਹੜੀ ਜਿੱਤ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਵੱਡੇ